ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ? ਕਿਵੇਂ ਹੋ? ਠੀਕ ਹੋ? ਆ ਸਾਰੇ ਜਾਣੇ ਬੈਠੇ ਆ, ਸੋਰੀ ਖੜੇ ਆ, ਹੈ ਨਾ? ਗੱਲ ਐਂ ਆ ਜੀ, ਅਮਰ ਦਾ ਹੈਗਾ ਬਰਥਡੇ, 12 ਵੱਜ ਚੁੱਕੇ ਆ ਆਲਰੇਡੀ, ਅਤੇ ਹਜੇ ਅਸੀਂ ਉਹਨੂੰ ਵਿਸ਼ ਨਹੀਂ ਕੀਤਾ ਹੈਗਾ। ਮੈਂ ਤੁਹਾਨੂੰ ਦੱਸਦਾ, ਇਹ ਹੈਗਾ ਰਾਤ ਦੇ 12 ਵਜੇ ਦਾ, ਪਰ ਜਿਹੜਾ ਇਹ ਵਲੋਗ ਹੈ ਨਾ, ਇਹ ਸਵੇਰੇ ਤੱਕ ਚੱਲੂਗਾ। ਉਹ ਦੇਖੀ ਜਾਇਓ ਕਿਵੇਂ, ਕਿਉਂਕਿ ਆਹ ਸਰਪ੍ਰਾਈਜ਼ ਕੁਝ ਡਿਫਰੈਂਟ ਹੈ ਅਤੇ ਬਹੁਤ ਅਲੱਗ ਹੋਣ ਵਾਲਾ। ਅਮਰ ਦਾ ਆਪਾਂ ਹੁਣ ਥੋੜ੍ਹਾ ਜਿਹਾ ਕੇਕ ਕੱਟਾਂਗੇ ਨੋਰਮਲ ਜਿਹਾ, ਪਰ ਸਵੇਰੇ ਜੋ ਹੋਣਾ ਉਸ ਚੀਜ਼ ਦਾ ਉਹਨੂੰ ਅੰਦਾਜ਼ਾ ਵੀ ਨਹੀਂ। ਆਓ ਪਹਿਲਾਂ ਆਪਾਂ ਉਹਦੀ ਫਾਰਮੈਲਿਟੀ ਜੀ ਪੂਰੀ ਕਰ ਲਈਏ, ਜਿਹੜੀ 12 ਵਜੇ ਕਰੀ ਦੀ ਹੈ ਰਾਤ ਨੂੰ। ਆ ਜਾਓ। ਹੈਂ? ਸਿੰਖਾ ਦੀ ਡੱਬੀ। ਸਹੀ ਉੱਚੀ ਬੋਲ, ਮੈਨੂੰ ਤਾਂ ਸੁਣਦਾ। ਸਿੰਖਾ ਦੀ ਡੱਬੀ ਲੈਣ ਗਈ ਆ ਥੱਲਿਓਂ ਹਰਮਿੰਦਰ ਮਿੰਦੂ। ਅੱਛਾ, ਉੱਪਰ ਹੈ ਨਹੀਂ ਸੀ, ਤੁਹਾਨੂੰ ਪਤਾ ਨਹੀਂ ਸੀਗਾ? ਦੇਖ ਲਿਆ ਉਹਨੇ, ਹੈ ਨਾ, ਇੱਥੇ ਲੁਕਿਆ ਖੜਾ ਉਹਦੇ। ਕਿੱਥੇ ਕਿੱਥੇ ਆ, ਕਿੱਥੇ ਆ, ਹੈ ਕਿੱਥੇ, ਅੰਦਰ ਗਿਆ? ਜਵਾਕ ਲੈ ਕੇ ਗਏ ਨੇ ਉਹਨੂੰ, ਹੈ ਨਾ? ਮੈਂ ਦੁਆ ਗਈ, ਮੈਂ ਦੁਆ ਗਈ, ਮੈਂ ਦੁਆ ਗਈ। ਹਾਂ, ਕੀ ਬਣਦਾ? ਹੈ ਕੀ ਲਿਆਵਾਂ? ਹਾਂ ਲਿਆ, ਚਲੋ ਆਪਾਂ। ਉਹ ਰੁਕ ਜਾ, ਹਜੇ ਮੋਮਬੱਤੀਆਂ ਨਹੀਂ ਲਾਈਆਂ। ਅਮਰ ਨੂੰ ਤਾਂ ਨਹੀਂ ਪਤਾ ਹਜੇ? ਹੈ, ਛੇਤੀ ਕਰ ਮਨਪ੍ਰੀਤ। ਚਲੋ 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 ਚਲੋ, ਛੇਤੀ ਕਰੋ ਯਾਰ। ਆ ਗਿਆ, ਕਿੱਥੇ ਆ ਗਿਆ, ਆ ਗਿਆ, ਦੇਖ ਨਹੀਂ ਰਿਹਾ। ਚਲੋ ਹਾਂ ਹਾਂ, ਬਾਹਰ ਲੈ ਕੇ ਚੱਲਦੇ ਹਾਂ। ਚਲੋ 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 ਜੀ, ਚਲੋ। ਮੈਂ ਰਿਐਕਸ਼ਨਸ ਨੋਟ ਕਰਦਾ ਅਮਰ ਦੇ ਕੀ ਨੇ। ਕਿੱਧਰ? ਇੱਧਰ। ਚਲੋ ਚਲੋ ਚਲੋ, ਉੱਧਰ ਬੱਚਿਆਂ ਕੋਲੇ ਬੈਠਾ, ਉੱਧਰ ਹੀ ਚਲੋ ਮਨਪ੍ਰੀਤ, ਉੱਧਰ ਹੀ ਚਲੋ। ਚਲ 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 ਚਲ, ਮੈਂ ਰਿਐਕਸ਼ਨ ਨੋਟ ਕਰਨੇ, ਰੁਕ ਜਾ। ਇਹ ਤੁਹਾਡੇ ਰੂਮ ਆ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਅਮਰ, ਹੈਪੀ ਬਰਥਡੇ ਟੂ, ਹੈਪੀ ਬਰਥਡੇ ਟੂ ਯੂ। ਥੋੜ੍ਹਾ ਉੱਚੀ। ਹੈਪੀ ਬਰਥਡੇ, ਜਨਮ ਆ ਯਾਰ ਆਪਣੇ ਹਿਸਾਬ ਨਾਲ। ਚਲੋ ਜੀ, 1 2 3 ਅਮਰ ਸੁੱਤਾ ਪਿਆ ਹਜੇ, ਉਹਨੂੰ ਕੁਛ ਨੀ ਪਤਾ ਉਹਦੇ ਨਾਲ ਹੁਣ ਕੀ ਆ। ਰਾਤ ਦਾ ਸਰਪ੍ਰਾਈਜ਼ ਸਾਰੇ ਕਰਦੇ ਆ, ਅਸੀਂ ਹੁਣ ਦਿਨੇ ਸਰਪ੍ਰਾਈਜ਼ ਦੇ, ਸਰਪ੍ਰਾਈਜ਼ ਤਾਂ ਕੀ ਉਹਦਾ ਗਾਹ ਪਾ ਦੇਣਾ, ਹਨਾ, ਤੇ ਉਹਨੂੰ ਪਤਾ ਹੀ ਨੀ ਗਾ ਵੀ ਉਹਦੇ ਨਾਲ ਕੀ ਹੋਣ ਵਾਲਾ। ਸੁੱਤੇ ਪਏ ਨਾ, ਆਓ ਆਪਾਂ ਦੇਖਦੇ ਹਾਂ ਅਮਰ ਕੀ ਕਰਦਾ। ਹਾਂਜੀ, ਤਾਂ ਆਹ ਕੇਕ ਆ ਅਮਰ ਦਾ, ਜਿਹੜਾ ਉਹਨੂੰ ਬਰਥਡੇ ਦੇਣਾ, ਜਿਹੜਾ ਰਾਤੀ ਸੀਗਾ ਉਹ ਇੱਕ ਟੈਂਪਰੇਰੀ ਸੀਗਾ, ਤਾਂ ਕਿ ਅਸੀਂ ਉਹਨੂੰ ਦਿਖਾ ਦਈਏ ਵੀ ਹਾਂ ਉਹੀ ਸਿਸਟਮ ਜਿਵੇਂ ਰਾਤ ਨੂੰ 12 ਵਜੇ ਵਿਸ਼ ਕਰੀਦਾ ਉਹੀ ਆ। ਪਰ ਸਵੇਰੇ ਸਵੇਰੇ ਤੜਕੇ ਤੜਕੇ ਕੌਣ ਵਿਸ਼ ਕਰਦਾ,
ਹੁਣ ਆਪਾਂ ਉਹਦੇ ਰਿਐਕਸ਼ਨ ਦੇਖਦੇ ਆ। ਨਹੀਂ ਵਿਸ਼ ਸਾਰੇ ਕੱਟਦੇ ਆ ਪਰ ਸੁੱਤੇ ਪਏ ਉੱਠੋ ਤੇ ਕੇਕ ਕੌਣ ਕੱਟਦਾ ਇਹ ਕਹੋ। ਮੈਂ ਤੇ ਉਹਦਾ ਹਾਲ ਵੀ ਕੀ ਕਰਨਾ ਇਹ ਵੀ ਦੇਖੋ ਨਾ, ਹਥਿਆਰ ਤਿਆਰ ਨੇ ਵੀ ਸਾਰਿਆਂ ਦੇ। ਹਾਂਜੀ ਹਾਂਜੀ ਪੂਰੇ ਕਿੱਥੇ ਨੇ ਲਓ ਇਹ ਜੀ ਹਥਿਆਰ ਤਿਆਰ ਲਓ ਮੈਨੂੰ ਵੀ ਦਿਓ। ਪਹਿਲਾਂ ਆਪਾਂ ਬੰਬ ਚਲਾਵਾਂਗੇ ਉੱਠੂਗਾ, ਉੱਠਣ ਤੋਂ ਬਾਅਦ ਫਿਰ ਬੰਬ ਦੇ ਨਾਲ ਆਪਾਂ ਫਿਰ ਕੀ ਕਰਾਂਗੇ ਸਪਰੇ ਸਪਰੇ ਪਰ ਧਿਆਨ ਰੱਖਿਓ ਅੱਖ 'ਚ ਨਹੀਂ ਮਾਰਨੀ ਠੀਕ ਹੈ। ਜਦੋਂ ਸਪਰੇ ਹੋਊਗੀ ਉਹਨੂੰ ਪਤਾ ਲੱਗ ਜਾਣਾ ਵੀ ਹਾਂ ਸਪਰੇ ਹੋਣ ਲੱਗੀ ਆ, ਅਤੇ ਪਹਿਲਾਂ ਅੱਖ ਤੋਂ ਦੂਰ ਰੱਖਿਓ, ਬਾਅਦ ਜਦੋਂ ਉਹਦੇ ਅੱਖਾਂ ਬੰਦ ਕਰਨੀਆਂ ਫਿਰ ਆਪਾਂ ਉਹਦੇ ਮੂੰਹ 'ਤੇ ਮਾਰਾਂਗੇ ਠੀਕ ਹੈ। ਕੈਂਡਲਸ ਬੁਝਾ ਦੇਣੀਆਂ ਨੇ ਬੱਚਾ। ਹਾਂ ਕੈਂਡਲਸ ਨਹੀਂ, ਹੁਣ ਕੈਂਡਲਸ ਨਹੀਂ ਲਾਵਾਂਗੇ ਆਪਾਂ ਠੀਕ ਹੈ। ਹੁਣ ਆਪਾਂ ਚੱਲਦੇ ਹਾਂ ਦੇਖਦੇ ਹਾਂ ਅਮਰ ਦਾ ਮੂੰਹ। ਚਲੋ ਚੱਲ ਚਲੋ 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 ਖੋਲੋ ਗੇਟ ਖੋਲੋ। ਚਲ ਥੋੜੀ ਜੀ ਮੇਰੇ ਲਈ ਛੱਡ ਦਿਓ। ਇੱਕ ਮਿੰਟ ਮਾੜੀ ਜੀ ਮਾਰਨ ਦੋ ਸਾਰਿਆਂ ਨੂੰ ਤੈਨੂੰ ਸਰਪ੍ਰਾਈਜ਼ ਦਿੰਦਾ ਰਾਤ ਨੂੰ ਹੈ, ਤੈਨੂੰ ਦਿਨੇ ਦਿਨੇ ਮਿਲਿਆ। ਬਈ ਰਾਤ ਦਾ ਮੈਨੂੰ ਮਾੜਾ ਜਿਹਾ ਸ਼ੱਕ ਸੀਗਾ, ਸਵੇਰ ਦਾ ਕੋਈ ਸ਼ੱਕ ਨਹੀਂ ਸੀਗਾ। ਕੇਕ ਕਿੰਨਾ ਸੋਹਣਾ। ਅਮਰਦੇਵ ਜੀਜੂ ਦੀ ਜਾਨ, ਬਾਈ ਕੀ ਜਾਨ, ਦੀਦੀ ਕਾ ਦੀਦੀ ਦਾ ਪਿਆਰ ਪਿਆਰਾ, ਭਾਬੀ ਦਾ ਦੁਲਾਰਾ, ਮਾਂ ਦਾ ਲਾਡਲਾ। ਥੈਂਕ ਯੂ ਸੋ ਮਚ। ਸਾਰੇ ਜਣੇ ਕਿਵੇਂ ਖੜੇ ਦੇਖਦੇ ਆ? ਦੱਸਦੇ ਇੱਕ ਤਾਂ ਸਾਰਿਆਂ ਨੇ ਇਕੱਠੇ ਦੱਸਿਆ ਕਹਿੰਦਾ ਕੋਈ ਤਾਂ ਦੱਸ ਦਿੰਦਾ, ਮੈਂ ਕਿਹਾ ਸਾਰਿਆਂ ਨੇ ਇਕੱਠੇ ਦੱਸਿਆ ਕਿ ਇਕੱਠਿਆਂ ਨੇ ਦੱਸਿਆ ਤੈਨੂੰ Happy birthday to you.
ਲੱਖ ਕਰ ਪਾਣਾ ਉੱਤੇ ਖਾਂਦੇ ਕੇਕ ਨੇ ਕੀ ਰੱਖ ਕਰ ਪਾਣਾ ਉੱਤੇ ਖਾਂਦੇ ਕੇਕ ਨੇ ਇਹ ਕੀ ਆ ਇਹ ਕੀ ਲਾਇਆ ਸੋ ਦਿਓ ਮੁਬਾਰਕਾਂ ਅਮਰ ਨੂੰ ਅਮਰ ਦਾ ਬਰਥਡੇ ਹੈ ਜੀ ਅੱਜ ਹੈਪੀ ਬਰਥਡੇ ਬ੍ਰੋ ਕਿੰਨੇ 25 ਸਾਲ ਦਾ ਹੋ ਗਿਆ ਇਹ ਤੇ ਟਰਾਈ ਕਰਿਓ ਇਹੋ ਜਿਹਾ ਸਰਪ੍ਰਾਈਜ਼ ਦੇਣ ਦੀ ਵੀ ਬਹੁਤ ਨਵਾਂ ਤਰੀਕਾ ਹੈ ਮਿਲਦੇ ਹਾਂ ਜੀ ਅਗਲੇ ਵਲੌਗ ਜਲਦੀ ਥੈਂਕ ਯੂ ਸਤਿ ਸ਼੍ਰੀ ਅਕਾਲ